लुधियाणा के गुरपाल गरेवाल वालों एक अजिही आटा चक्की तैयार की गई है जिहड़ी साइकिल नाल चलती है और इस चक्की राही तुसी एक्सरसाइज करन दे नाल शुद्ध आटा भी घरे वरत सकते हो। गुरपाल सिंह ने दस्सिया कि जदों करोना काल सी उदों उन्हां दे दिमाग दे विच इह एक फुरना फुरिया ते हुण बॉलीवुड अदाकार भी उन्हां नूं आर्डर दे रहे आ। हुण उन्हां ने अपने रैगूलर प्रोडक्ट च इस नूं शामिल कर लिया। हुण तक 15 चक्कियां वेच चुके आ, हाले भी 5 दे आर्डर बाकी ने। अक्सर असी वेखे जो लोग ने पैसे खर्च के जिम जाते हैं तो अपनी सेहत का ध्यान रखते हैं, पर डॉक्टर वालों कहा जाता कि कसरत के नाल नाल चंगी खुराक यानी कि चंगी डाइट होना भी बहुत जरूरी। इसी सोचते रखते लुधियाना तो एक शख्स ने गरेवाल जिन्हों वालों एक साइकिल तैयार की गई जिद साइकिल चला भी सकते आटा भी पी सकते हैं, गलबात भी कर लेते हैं। सर जिस तरह तो एक बड़ा वधिया एक कंसैप्ट तैयार किया, साइकिल बनाई है जिस आटा पी सकते, सर किस तरह माइंड है इस कंसैप्ट है? ਸਾਡਾ ਜਿਹੜਾ ਚੱਕੀਆਂ ਬਣਾਉਣ ਦਾ ਜਿਹੜਾ ਸਾਡਾ ਕਾਰੋਬਾਰ ਹੈ ਕਾਫੀ ਪੁਰਾਣਾ ਹੈ, ਪਰ ਰੋਜ਼ ਨਵੀਂ ਚੀਜ਼ ਦੇ ਚੱਕਰ ਦੇ ਵਿੱਚ ਅਸੀਂ ਇਹ ਜਿਹੜੀ ਚੱਕੀ ਤਿਆਰ ਕੀਤੀ ਹੈ। ਇਹ ਚੱਕੀ ਤੁਹਾਨੂੰ ਜਿਹੜੀ ਹੈ ਤਕਰੀਬਨ 5 ਤੋਂ 10 ਕਿਲੋ ਜਿਹੜਾ ਆਟਾ ਇਹ ਘੰਟੇ ਦਾ ਦੇਊਗੀ, ਔਰ ਨਾਲੇ ਤਾਂ ਤੁਸੀਂ ਕਸਰਤ ਕਰ ਸਕਦੇ ਹੋ ਨਾਲੇ ਆਪਣੀ ਤੁਸੀਂ ਸਿਹਤ ਬਣਾ ਸਕਦੇ ਹੋ, ਦੋਨੋਂ ਕੰਮ ਤੁਹਾਡੇ ਜਿਹੜੇ ਪੂਰੇ ਕਰੂਗੀ। ਸਰ ਲੋਕਡਾਊਨ ਲੱਗ ਗਿਆ ਸੀਗਾ, ਸਾਰੀ ਦੁਨੀਆ ਰੁਕ ਗਈ ਸੀ, ਜਿੰਮ ਬੰਦ ਹੋ ਗਏ ਸੀਗੇ, ਤਾਂ ਵੀ ਤੁਹਾਡੇ ਦਿਮਾਗ 'ਚ ਕਿ ਹੁਣ ਜਿੰਮ ਬੰਦ ਹੋ ਗਏ ਉਸ ਇੱਦਾਂ ਦਾ ਕੋਈ ਕੰਸੈਪਟ ਤਿਆਰ ਕੀਤਾ ਜਾਵੇ? ਬਿਲਕੁਲ, ਮੇਨ ਤਾਂ ਉਹੀ ਗੱਲ ਸੀ ਜਦੋਂ 3-4 ਮਹੀਨੇ ਅਸੀਂ ਰਹੇ ਵਿਹਲੇ ਅਤੇ ਫਿਰ ਸੋਚਿਆ ਵੀ ਲੋਕ ਕਸਰਤ ਕਰਨ ਕਿਵੇਂ, ਸੈਰ ਕਰਨ ਵੀ ਨਹੀਂ ਸੀ ਲੋਕ ਜਾ ਸਕਦੇ ਬਾਹਰ, ਅਤੇ ਖਾਈ ਪੀ ਜਾਂਦੇ ਸੀ ਘਰੇ, ਘਰ ਬੈਠੇ ਬੈਠੇ ਕਦੇ ਪਕੌੜੇ ਤਲ ਲਓ ਕਦੇ ਪਰੌਂਠੇ ਖਾ ਲਓ, ਹੈ ਨਾ, ਕਿਉਂਕਿ ਲੋਕਡਾਊਨ ਸੀਗਾ। ਉਸ ਦਰਮਿਆਨ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਦਿਨ ਬ ਦਿਨ ਜਿਹੜੀ ਖਰਾਬ ਹੁੰਦੀ ਜਾ ਰਹੀ ਸੀ, ਤੋ ਇਹ ਸਾਰੀ ਚੀਜ਼ ਦੇਖਣ ਤੋਂ ਬਾਅਦ ਅਸੀਂ ਵੱਡੇ ਚੱਕੀਆਂ ਦੇ ਪਲਾਂਟ ਲਾਉਂਦੇ ਸੀਗੇ, ਅਤੇ ਜਦੋਂ ਵੀ ਵੱਡੀਆਂ ਚੱਕੀਆਂ ਦੇ ਪਲਾਂਟ ਕਿਤੇ ਖੁੱਲ੍ਹਣ ਦਾ ਮੌਕਾ ਮਿਲਦਾ ਸੀ ਵਿੱਚ ਅਸੀਂ ਠੀਕ ਕਰਨ ਜਾਂਦੇ ਸੀ, ਤਾਂ ਉਹਨਾਂ ਦੇ ਵਿੱਚ ਆਮ ਤੌਰ 'ਤੇ ਨਾ ਕਿਤੇ ਕਿਤੇ ਦੇਖਣ ਨੂੰ ਮਿਲਦਾ ਚੂਹਾ ਮਰਿਆ ਮਿਲ ਕੇ ਕਰਲੀ ਮਰੀ ਨਿਕਲੀ ਇੱਦਾਂ, ਫਿਰ ਉਹ ਐਂ ਲੱਗਦਾ ਸੀ ਵੀ ਲੋਕਾਂ ਨੂੰ ਹਾਈਜੈਨਿਕ ਜਿਹਾ ਆਟਾ ਨਹੀਂ ਮਿਲਦਾ ਪਿਆ। ਅਤੇ ਅਸੀਂ ਫਿਰ ਉਹ ਇਲੈਕਟ੍ਰਿਕ ਪਹਿਲਾਂ ਚੱਕੀ ਤਿਆਰ ਕੀਤੀ, ਉਹਦਾ ਪਿਆਰ ਬਹੁਤ ਮਿਲਿਆ ਲੋਕਾਂ ਨੂੰ, ਫਿਰ ਲੋਕ ਸਾਨੂੰ ਕਹਿਣ ਲੱਗੇ ਵੀ ਕੋਈ ਸਾਈਕਲ ਵਾਲੀ ਚੱਕੀ ਸਾਨੂੰ ਇੱਦਾਂ ਦੀ ਕੋਈ ਮਿਲ ਸਕਦੀ ਹੈ, ਫਿਰ ਉਹਦੇ 'ਤੇ ਕੰਮ ਕਰਨ ਤੋਂ ਬਾਅਦ ਅਸੀਂ ਫਿਰ ਇਹ ਸਾਈਕਲ ਵਾਲੀ ਚੱਕੀ ਜਿਹੜੀ ਇਹ ਤਿਆਰ ਕੀਤੀ ਹੈ। ਤੁਹਾਡੇ ਕੋਲ ਸਾਈਕਲ ਵਾਲੀ ਚੱਕੀ ਤਿਆਰ ਕੀਤੀ ਗਈ, ਸਰ ਆਰਡਰ ਕਿੰਨੇ ਕਰਾ ਰਹੇ, ਕਿੰਨੇ ਕਿਨਾਂ ਨੂੰ ਦੇ ਚੁੱਕੇ ਹੁਣ ਤੱਕ? ਆਰਡਰ ਤਕਰੀਬਨ ਸਾਡੇ 15 ਪੀਸ ਅਸੀਂ ਡਿਲੀਵਰ ਕਰ ਚੁੱਕੇ ਹਾਂ, 5-7 ਸਾਡੇ ਕੋਲ ਹੋਰ ਆਰਡਰ ਜਿਹੜੇ ਪੈਂਡਿੰਗ ਨੇ, ਔਰ ਤਕਰੀਬਨ 1 ਹਫ਼ਤਾ ਲੱਗ ਜਾਂਦਾ ਇੱਕ ਚੱਕੀ ਤਿਆਰ ਕਰਨ ਨੂੰ। ਮਿਹਨਤ ਕਾਫੀ ਮੰਗਦੀ ਹੁੰਦੀ ਹੈ ਚੱਕੀ, ਜਦੋਂ ਪਹਿਲਾਂ ਤਿਆਰ ਕਰਨੀ ਪੈਂਦੀ ਹੈ, ਅਤੇ ਇਸ ਨੂੰ ਲੋਕਲ ਹਾਲ ਦੀ ਘੜੀ ਤਾਂ ਸਾਡੇ ਜਿਹੜੇ ਪੰਜਾਬ ਦੇ ਕਸਟਮਰ ਨੇ, ਔਰ ਡਿਮਾਂਡ ਅਮਰੀਕਾ ਕਨੇਡਾ ਤੋਂ ਵੀ ਲੋਕਾਂ ਦੀ ਆ ਰਹੀ ਹੈ, ਪਰ ਜਾਣ ਦੇ ਵਿੱਚ ਅਜੇ ਦਿੱਕਤ ਹੈ ਕਿਉਂਕਿ ਕਰੋਨਾ ਕਾਲ ਚੱਲਦਾ ਪਿਆ, ਅਜੇ ਲੋਕਾਂ ਨੂੰ ਪੂਰੀ ਤਰ੍ਹਾਂ ਅਸੀਂ ਇਹ ਸਹੂਲਤ ਨਹੀਂ ਦੇ ਸਕਦੇ। ਔਰ ਪਹਿਲੀ ਚੱਕੀ ਅਸੀਂ ਭੇਜੀ ਸੀ ਬੋਂਬੇ, ਇੱਕ ਸਟਾਰ ਨੇ ਬਹੁਤ ਵੱਡੇ ਪੰਜਾਬ ਨਾਲ ਰਿਲੇਟਡ ਨੇ, ਉਹਨਾਂ ਨੇ ਮੰਗਵਾਈ ਸੀ, ਉਹਨਾਂ ਦੇ ਕਹਿਣ 'ਤੇ ਅਸੀਂ ਇਹ ਚੱਕੀ ਜਿਹੜੀ ਤਿਆਰ ਕੀਤੀ। ਕਾਫੀ ਚੱਕੀਆਂ ਭੇਜ ਚੁੱਕੇ ਹੋ, ਬਾਹਰ ਵੀ ਭੇਜ ਚੁੱਕੇ ਹੋ, ਔਡਰ ਆ ਰਹੇ ਨੇ ਦੂਜੇ ਦੇਸ਼ਾਂ ਤੋਂ ਵੀ ਔਡਰ ਆਉਣੇ। ਸਰ ਕਿਸ ਤਰ੍ਹਾਂ ਇਹ ਚੱਕੀ ਜੇ ਬਣੀ ਸੀਗੀ, ਅਤੇ ਕਿੰਨੀ ਵਾਰ ਅਸੀਂ ਕਿੰਨੇ ਘੰਟੇ ਦੇ ਕਿੰਨੀ ਚੱਕੀ ਅਸੀਂ ਤਿਆਰ ਆਟਾ ਪੀਸ ਸਕਦੇ ਇੱਕ ਵਾਰ? ਮੈਂ ਪਹਿਲਾਂ ਜਿਵੇਂ ਦੱਸਿਆ ਵੀ 5 ਤੋਂ 10 ਕਿਲੋ ਤੱਕ ਆਟਾ ਤੁਸੀਂ ਇਹਦੇ ਨਾਲ ਤਿਆਰ ਕਰ ਸਕਦੇ ਹੋ, ਜੇ ਆਰਾਮ ਨਾਲ ਚਲਾਵੋਗੇ ਤਾਂ 5 ਕਿਲੋ ਤੱਕ ਤੁਸੀਂ ਆਟਾ ਜਿਹੜਾ ਪੀਸ ਸਕਦੇ ਹੋ, ਔਰ ਜੇ ਤੁਸੀਂ ਵਧੀਆ ਇਹਨੂੰ ਸਪੀਡ ਨਾਲ ਚਲਾਓਗੇ ਤਾਂ ਜਿਹੜਾ 1 ਘੰਟੇ ਦੇ ਵਿੱਚ ਤੁਸੀਂ 10 ਕਿਲੋ ਪ੍ਰੋਡਕਸ਼ਨ ਵੀ ਲੈ ਸਕਦੇ ਹੋ। ਕੈਮਰਾ ਮਨੀਸ਼ ਕੁਮਾਰ ਦੇ ਨਾਲ ਭਰਤ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ।